ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਦੇ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨੂੰ ਜਗਤਾਰ ਸਿੰਘ ਹਵਾਰਾ ਨੇ ਹਦਾਇਤ ਕੀਤੀ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ਾਂ ਅਧੀਨ ਜੇਲ੍ਹ 'ਚ ਬੰਦ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖੀ ਹੈ। ਮੋਰਚੇ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ 31 ਜਨਵਰੀ ਨੂੰ ਜੇਲ੍ਹ 'ਚ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕੀਤੀ ਹੈ। ਹਵਾਰਾ ਨੇ ਆਪਣੀ ਚਿੱਠੀ ਰਾਹੀਂ ਦੱਸਿਆ ਹੈ ਕਿ ਇਸ ਮੋਰਚੇ ਵਿੱਚ ਸਟੇਜ 'ਤੇ ਕਿਹੜੇ ਕਿਹੜੇ ਮੁੱਦਿਆਂ 'ਤੇ ਗੱਲ ਕੀਤੀ ਜਾਵੇ, ਲੋਕਾਂ ਦਾ ਵਤੀਰਾ ਕਿਹੋ ਜਿਹਾ ਹੋਵੇ ਅਤੇ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਬਾਰੇ ਇਤਰਾਜ਼ ਹੋਵੇ ਤਾਂ ਕਿਵੇਂ ਪ੍ਰਤੀਕਿਰਿਆ ਦੇਣੀ ਹੈ। ਮੋਰਚੇ ਨਾਲ ਸੰਬੰਧਿਤ ਵਕੀਲ ਗੁਰਸ਼ਰਨ ਸਿੰਘ ਧਾਲੀਵਾਲ ਨੇ ਹਵਾਰਾ ਦੀ ਚਿੱਠੀ ਵਿੱਚ ਜੋ ਹੈ ਉਸ ਬਾਰੇ ਜਾਣਕਾਰੀ ਦਿੱਤੀ। ਚਿੱਠੀ ਮੁਤਾਬਕ ਕੌਮੀ ਇਨਸਾਫ਼ ਮੋਰਚੇ ਦੇ ਮੰਚ ਤੋਂ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਅਤੇ ਸਿੱਖ ਕੈਦੀਆਂ ਦੇ ਮੁੱਦੇ 'ਤੇ ਹੀ ਆਪਣੇ ਵਿਚਾਰ ਰੱਖੇ ਜਾਣ, ਹੋਰ ਕਿਸੇ ਵੀ ਤਰ੍ਹਾਂ ਦੀ ਦੂਸ਼ਣਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ। ਉਹਨਾਂ ਨੇ ਸਮੂਹ ਸੰਗਤ ਨੂੰ ਅਤੇ ਸੰਗਤ 'ਚ ਜੋ ਇੱਥੇ ਇਸ ਸਟੇਜ 'ਤੇ ਪਹੁੰਚੇਗਾ, ਜੋ ਵੀ ਬੁਲਾਰਾ ਹੋਏਗਾ, ਜੇ ਬੁਲਾਰ ਨਹੀਂ ਬੋਲ ਰਿਹਾ ਜਾਂ ਫਿਰ ਵੀ ਇਹ ਸਟੇਜ ਤੱਕ ਪਹੁੰਚ ਰਿਹਾ, ਸੰਗਤ ਵੱਲੋਂ ਉਹਨਾਂ ਵੱਲੋਂ ਸੰਗਤ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦਾ ਵਿਰੋਧ ਨਹੀਂ ਕੀਤਾ ਜਾਵੇ, ਕਿਉਂਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵਿਰੋਧ ਕਰਨਾ ਬਹੁਤ ਵੱਡਾ ਗੁਨਾਹ ਹੈ। ਕਿਸੇ ਨੂੰ ਵੀ ਜੇ ਕੋਈ ਸ਼ਿਕਾਇਤ ਹੈਗੀ ਆ ਤਾਂ ਉਹ ਮੋਰਚੇ ਦੇ ਜੋ ਸੰਬੰਧਕ ਨੇ, ਪ੍ਰਬੰਧਕ ਨੇ, ਉਹਨਾਂ ਨੂੰ ਦੱਸਿਆ ਜਾਵੇ, ਉਹਨਾਂ ਦੇ ਨੋਟਿਸ 'ਚ ਲਿਆ ਦਿੱਤਾ ਜਾਵੇ, ਨਾ ਕਿ ਖੁਦ ਉਹਨਾਂ ਦਾ ਵਿਰੋਧ ਕੀਤਾ ਜਾਵੇ। ਜਗਤਾਰ ਸਿੰਘ ਹਵਾਰਾ ਦੀ ਚਿੱਠੀ ਉਸ ਵੇਲੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਕੌਮੀ ਇਨਸਾਫ਼ ਮੋਰਚੇ ਦੇ ਮੰਚ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨੇ ਭਾਸ਼ਣ ਦਿੱਤਾ ਸੀ। ਰਾਜ ਕਿਸੇ ਨੂੰ ਕੋਈ ਥਾਲੀ 'ਚ ਧਰ ਕੇ ਨਹੀਂ ਦਿੰਦਾ, ਸਾਨੂੰ ਆਪਣਾ ਰਾਜ ਲੜ ਕੇ ਲੈਣਾ ਪੈਣਾ ਤੇ ਜਿੰਨਾ ਚਿਰ ਰਾਜ ਨਹੀਂ ਲੈਂਦੇ ਉਹਨਾਂ ਚਿਰ ਸਿੱਖਾਂ ਦੇ ਬੱਚੇ ਇਹ ਹਿੰਦੁਸਤਾਨ ਦੀ ਜਿਹੜੀ ਪਿੰਜਰਾ ਬਣਾਇਆ ਸਿੱਖਾਂ ਵਾਸਤੇ ਨਾ, ਇਹਦੇ 'ਚ ਤੜਫ ਤੜ ਕੇ ਮਰਨਗੇ, ਕੋਈ ਨਹੀਂ ਰੋਕ ਸਕਦਾ। ਇੱਥੇ ਸਾਨੂੰ ਬੜੇ ਹਵਾਲੇ ਦਿੱਤੇ ਜਾਂਦੇ ਨੇ, ਆ ਕੁਝ ਇੱਥੇ ਮੈਂ ਪੋਸਟਰ ਵੇਖੇ ਨੇ, ਸੰਵਿਧਾਨ ਕੱਕ ਹੈ, ਸੰਵਿਧਾਨ ਇਹ 5 ਮਿੰਟਾਂ 'ਚ ਬਦਲ ਦਿੰਦੇ ਨੇ ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ। ਬੇਅੰਤ ਸਿੰਘ ਕਤਲ ਕੇਸ ਵਿੱਚ ਹੀ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਓਰਾ ਦੇ ਵਕੀਲ ਨੇ ਉਹਨਾਂ ਵੱਲੋਂ ਇਲਜ਼ਾਮ ਲਾਇਆ ਸੀ ਕਿ ਉਹਨਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਬਾਹਰ ਜੋ ਵੀ ਮੋਰਚੇ ਲਗਾਏ ਗਏ ਨੇ ਉਹਨਾਂ ਦੇ ਆਗੂਆਂ ਨੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਐਡਵੋਕੇਟ ਦਿਲਸ਼ੇਰ ਸਿੰਘ ਨੇ ਤਾਰਾ ਅਤੇ ਭਿਓਰਾ ਦੇ ਵਕੀਲ ਦੇ ਬਿਆਨ 'ਤੇ ਇਹ ਕਿਹਾ। ਅਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਬੜੇ ਲੰਬੇ ਸਮੇਂ ਤੋਂ ਕਰ ਰਹੇ ਸੀ ਮੋਰਚਾ ਲਾਉਣ ਤੋਂ ਪਹਿਲਾਂ। ਪ੍ਰਸ਼ਾਸਨਿਕ ਤੌਰ 'ਤੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਮਨਾ ਕੀਤਾ ਜਾ ਰਿਹਾ ਸੀ। ਉਹਨਾਂ ਨੇ ਇੱਕ ਬੇਨਤੀ ਕੀਤੀ ਆ ਕਿ ਜੇ ਸਾਡੀ ਰਿਹਾਈ ਹੁੰਦੀ ਆ, ਪੰਥ ਕਿਸੇ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰੇ। ਔਰ ਉਸ ਤੋਂ ਵੱਡੀ ਗੱਲ ਜਿਹਦੇ ਨਾਲ ਸਾਡੇ 'ਚ ਵੀ ਜਜ਼ਬਾ ਆਉਂਦਾ, ਉਹ ਕਹਿੰਦੇ ਅਸੀਂ ਦੋਨੇ ਵੀਰਾਂ ਨੇ ਇਹ ਗੱਲ ਕੀਤੀ ਆ, ਯੋਧਿਆਂ ਨੇ, ਜਗਤਾਰ ਸਿੰਘ ਤਾਰਾ ਨੇ ਅਤੇ ਪਰਮਜੀਤ ਸਿੰਘ ਭਿਓਰਾ ਨੇ, ਕਿ ਅਸੀਂ 100 ਸਾਲ ਹੋਰ ਜੇਲ੍ਹ ਕੱਟ ਲਾਂਗੇ ਪਰ ਪੰਥ ਕਿਸੇ ਨਾਲ ਸਮਝੌਤਾ ਨਾ ਕਰੇ। ਦਰਅਸਲ ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਵਿੱਚ ਮੁੱਖ ਤੌਰ 'ਤੇ 2 ਮੋਰਚੇ ਚੱਲ ਰਹੇ ਨੇ। ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਜਥੇਬੰਦੀਆਂ ਕਹਿੰਦੀਆਂ ਨੇ ਕਿ ਉਹ ਜਿਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਉਹ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਇਸ ਸੰਬੰਧ 'ਚ ਇੱਕ ਅੰਦੋਲਨ SGPC ਵੱਲੋਂ ਚਲਾਇਆ ਜਾ ਰਿਹਾ ਜਿਸ ਤਹਿਤ ਹਸਤਾਖਰ ਮੁਹਿੰਮ ਚਲਾਈ ਗਈ ਹੈ। ਦੂਜਾ ਮੋਰਚਾ ਮੋਹਾਲੀ ਦੇ YPS ਚੌਕ ਵਿੱਚ ਕੌਮੀ ਇਨਸਾਫ਼ ਮੋਰਚਾ ਦੇ ਨਾਮ ਨਾਲ ਬੀਤੀ 7 ਜਨਵਰੀ ਤੋਂ ਚਲਾਇਆ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਗੁਰਦੁਆਰਿਆਂ ਦੇ ਬਾਹਰ ਲਗਾਏ ਗਏ ਪੋਸਟਰਾਂ ਵਿੱਚ 9 ਸਿੱਖ ਕੈਦੀਆਂ ਦਾ ਜ਼ਿਕਰ ਹੈ। ਇਸ ਪੋਸਟਰ ਵਿੱਚ ਤਾਰਾ, ਭਿਓਰਾ ਅਤੇ ਹਵਾਰਾ ਦੀਆਂ ਤਸਵੀਰਾਂ ਵੀ ਨੇ। ਜੇਲ੍ਹ ਵਿੱਚ ਭਿਓਰਾ ਅਤੇ ਤਾਰਾ ਨਾਲ ਰਾਬਤਾ ਨਾ ਕਾਇਮ ਕਰਨ ਦੇ ਸਵਾਲ ਬਾਰੇ BBC ਸਹਿਯੋਗੀ ਰਵਿੰਦਰ ਸਿੰਘ ਰੌਬੀ ਨੂੰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਵਾਬ ਦਿੱਤਾ। ਉਹਨਾਂ ਕਿਹਾ, ਸਿੱਖ ਕੈਦੀਆਂ ਦੇ ਕੁਝ ਪਰਿਵਾਰਾਂ ਦੇ ਨਾਲ ਅਸੀਂ ਸੰਪਰਕ ਵਿੱਚ ਹਾਂ, ਪਰ ਬਾਕੀਆਂ ਦੇ ਪਰਿਵਾਰਾਂ ਨੂੰ ਅਸੀਂ ਮਿਲ ਰਹੇ ਹਾਂ। ਕੈਦੀਆਂ ਦੇ ਸਾਰੇ ਪਰਿਵਾਰ ਸਾਡੇ ਲਈ ਸਤਿਕਾਰਯੋਗ ਨੇ। ਅਸੀਂ ਇਹਨਾਂ ਪਰਿਵਾਰਾਂ ਦੀ ਲੜਾਈ ਲਈ ਕਮੇਟੀ ਵੀ ਬਣਾਈ ਹੈ।
ਜੋ ਵੀ ਪਰਿਵਾਰ ਇਸ ਕਾਨੂੰਨੀ ਕਮੇਟੀ ਦਾ ਫਾਇਦਾ ਲੈਣਾ ਚਾਹੁੰਦਾ ਹੈ ਉਸ ਦਾ ਸਵਾਗਤ ਹੈ। ਲੰਬੇ ਸਮੇਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਗਜਿੰਦਰ ਸਿੰਘ ਸ਼ੇਖਾਵਤ ਨੇ ਵੀ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਸਿੱਖ ਕੈਦੀਆਂ ਦੀ ਜੋ ਵੀ ਲਿਸਟ ਉਪਲਬਧ ਕਰਵਾਈ ਗਈ ਹੈ ਉਸ ਬਾਰੇ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ। ਉਨ੍ਹਾਂ ਦੀ ਰਿਹਾਈ ਕਾਨੂੰਨ ਦੇ ਹਿਸਾਬ ਨਾਲ ਹੀ ਹੋਏਗੀ।